ਕੰਗਣਾ ਨੌਤ ਜੀ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਵਾ ਸਾਡੀਆਂ ਬੀਬੀਆਂ ਵਾ ਉਹਨਾਂ ਨੂੰ ਕਹਿੰਦੀ ਰਹੀ ਟਕੇ ਟਕੇ ਦੀਆਂ ਔਰ ਇਹ ਦਿਹਾੜੀ ਤੇ ਆਈਆਂ ਵਾ ਤੇ ਜਦੋਂ ਇਹੋ ਜਿਹੀ ਤਲਕੀ ਹੁੰਦੀ ਆ ਇਸ ਕਰਕੇ ਉਹਨਾਂ ਨੇ ਗਾੜੀ ਉਹਨਾਂ ਨੂੰ ਜਵਾਬ ਦਿੱਤਾ ਨਾ ਧੱਕਾ ਕਰਾਂਗੇ ਨਾ ਧੱਕਾ ਹੁਣ ਦਿਆਂਗੇ ਕੋਈ ਏਡਾ ਸਾਨੂੰ ਡਰ ਨਹੀਂ ਸਤਾਰਿਆ ਵੀ ਸਾਡੇ 'ਤੇ ਕੀ ਉੱਥੇ ਕੀ ਹੋ ਜਾਊਗਾ ਅਸੀਂ ਆਪਣੇ ਪਰਿਵਾਰ ਦੇ ਨਾਲ ਆਪਣੀ ਭੈਣ ਦੇ ਨਾਲ ਡਟ ਕੇ ਖੜੇ ਜਿਹੜੀ ਉਹ ਗੱਲ ਆਉਂਦੀ ਆ ਉਹ ਕੁਲਵਿੰਦਰ ਕੌਰ ਕਹਿ ਰਹੀ ਆ ਵੀ ਤੁਸੀਂ ਸਾਡੀਆਂ ਮਾਵਾਂ ਭੈਣਾਂ ਨੂੰ ਇੱਦਾਂ ਕਿਹਾ ਵਾ ਵੀ ਟਕੇ ਟਕੇ ਦੀਆਂ ਅਤੇ ਮਾਣ ਵਾਲੀ ਗੱਲ ਵੀ ਹੈ ਮੂੰਹ 'ਤੇ ਜਵਾਬ ਦੇਣਾ ਸੱਚ ਕਹਿਣਾ ਬਾਬਰ ਨੂੰ ਜਾਵਰ ਬਾਬੇ ਨਾਨਕ ਨੇ ਕਿਹਾ ਕਿਸੇ ਝੇਮਤੀ ਹੈਣੀ ਜਦੋਂ ਵੀ ਅਸੀਂ ਆਪਣੇ ਹੱਕਾਂ ਦੀ ਗੱਲ ਕੀਤੀ ਆ ਅਤੇ ਸਾਡੇ 'ਤੇ ਇਹੋ ਹੀ ਅਟੈਕ ਲੱਗਾ ਰਿਹਾ ਵੀ ਇਹ ਅੱਤਵਾਦੀ ਆ ਇਹ ਖਾਲਿਸਤਾਨੀ ਆ ਹੁਣ ਤੁਸੀਂ ਆਹ ਵੇਖ ਲਓ ਵੀ ਆਹ ਕਿੰਨੇ ਕੁ ਅੱਤਵਾਦੀ ਖਲੋਤੇ ਆ ਜਿਸ ਤਰ੍ਹਾਂ ਕੰਗਣਾ ਰਣੌਤ ਜੀ ਨੇ ਉਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਉਹਨਾਂ ਦੀ ਫੋਨ ਆ ਉਹਨੂੰ ਉਹਨਾਂ ਨੇ ਕਿਹਾ ਸਕੈਨਰ ਵਿੱਚ ਦਿਨ ਗਾਉਣਾ ਵਾ ਉਹਨਾਂ ਨੇ ਉੱਥੇ ਉਹਨਾਂ ਨਾਲ ਮਿਸਬਿਹੇਵ ਕੀਤਾ ਵਾ ਅਤੇ ਫਿਰ ਉਹ ਜਿੰਨੀ ਕਾਰਵਾਈ ਜੇ ਇਹਨਾਂ 'ਤੇ ਬਣਦੀ ਤਾਂ ਉਹਨਾਂ 'ਤੇ ਬਣਦੀ ਆ ਵੈਸੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਬਹੁਤ ਜੱਦੋਜਹਿਦ ਕਰਨੀ ਪੈਂਦੀ ਹੈ ਤੁਹਾਨੂੰ ਕੀ ਲੱਗਦਾ ਜੇਕਰ ਭੈਣ ਕੁਲਵਿੰਦਰ ਕੌਰ ਦੀ ਨੌਕਰੀ ਜਾਂਦੀ ਹੈ ਪਰਿਵਾਰ ਨੂੰ ਕੋਈ ਅਫਸੋਸ ਹੋਏਗਾ ਇਹ ਕੰਗਣਾ ਰਣੌਤ ਜੀ ਨੂੰ ਹੁਣ ਜਿਹੜੀ ਆ ਉਹਦੇ 'ਤੇ ਜ਼ਿੰਮੇਵਾਰੀ ਵੱਡੀ ਪੈ ਗਈ ਆ ਉਹਨਾਂ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਜਿਹੜਾ ਵਾ ਸਲਾਹ ਕਰ ਲੈਣੀ ਚਾਹੀਦੀ ਆ ਜਿਹੜੀ ਉਹਨਾਂ ਨੇ ਉੱਥੇ ਗੱਲਬਾਤ ਹੋਈ ਆ ਜੋ ਉਹਨਾਂ ਦੀ ਤਲਕੀ ਹੋਈ ਆ ਉਹਦੀ ਜਾਂਚ ਹੋ ਜੂਗੀ ਜਾਂਚ ਦੇ ਆਧਾਰ 'ਤੇ ਜਿਹੜੀ ਕਾਰਵਾਈ ਬਣਦੀ ਹੋ ਜੂਗੀ ਲੋਕਵਾਸ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਖਬਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵੱਖੋ ਵੱਖਰੇ ਮੀਡੀਆ ਅਦਾਰਿਆਂ ਵੱਲੋਂ ਚਰਚਾ ਕੀਤੀ ਜਾ ਰਹੀ ਹੈ ਕਿ ਚੰਡੀਗੜ੍ਹ 에ਅਰਪੋਰਟ ਤੇ ਪੰਜਾਬ ਦੀ ਇੱਕ ਧੀ ਕੁਲਵਿੰਦਰ ਕੌਰ ਵੱਲੋਂ ਕੰਗਣਾ ਰਣੌਤ ਜਿਹੜੀ ਨਵੀਂ MP ਬਣੇ ਨੇ ਮੰਡੀ ਲੋਕ ਸਭਾ ਹਲਕੇ ਤੋਂ ਉਹਨਾਂ ਦੇ ਥੱਪੜ ਮਾਰਿਆ ਹੈ ਤਾਂ ਅੱਜ ਅਸੀਂ ਉਸੇ ਘਰ ਦੇ ਵਿੱਚ ਪਹੁੰਚੇ ਹਾਂ ਕੁਲਵਿੰਦਰ ਕੌਰ ਭੈਣ ਦੇ ਘਰ ਦੇ ਵਿੱਚ ਪਹੁੰਚੇ ਹਾਂ ਤਾਂ ਪਰਿਵਾਰ ਦਾ ਕੀ ਕਹਿਣਾ ਉਸ ਪੂਰੀ ਘਟਨਾ ਨੂੰ ਲੈ ਕੇ ਹਾਲਾਂਕਿ ਅਸੀਂ ਥੱਪੜ ਮਾਰਿਆ ਚੰਗਾ ਕੰਮ ਹੈ ਜਾਂ ਮਾੜਾ ਕੰਮ ਹੈ ਇਹਦੇ ਬਾਰੇ ਚਰਚਾ ਕਰਨ ਵਾਸਤੇ ਨਹੀਂ ਪਹੁੰਚੇ ਕਿਉਂਕਿ ਸੋਸ਼ਲ ਮੀਡੀਆ 'ਤੇ ਖਬਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਪਰਿਵਾਰ ਦਾ ਪੱਖ ਲੈਣਾ ਬੇਹੱਦ ਜ਼ਰੂਰੀ ਹੈ ਅਤੇ ਪਰਿਵਾਰ ਦੇ ਨਾਲ ਪਹੁੰਚੇ ਹਾਂ ਅਸੀਂ ਗੱਲਬਾਤ ਕਰਨ ਅਤੇ ਸ਼ੇਰ ਸਿੰਘ ਮਹੀਵਾਲ ਬਾਈ ਜੀ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਅੱਛਾ ਸੋਸ਼ਲ ਮੀਡੀਆ 'ਤੇ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਕੁਲਵਿੰਦਰ ਕੌਰ ਵੱਲੋਂ ਕੰਗਣਾ ਰਣੌਤ ਦੇ ਥੱਪੜ ਮਾਰਿਆ ਗਿਆ ਜਦੋਂ ਤੁਸੀਂ ਉਸ ਖਬਰ ਨੂੰ ਸੁਣਦੇ ਹੋ ਪਹਿਲਾ ਰਿਐਕਸ਼ਨ ਕੀ ਸੀਗਾ ਜੀ ਤੁਹਾਡਾ ਦੇਖੋ ਪਹਿਲਾਂ ਜਦੋਂ ਸਾਡੇ ਕੋਲੋਂ ਮੀਡੀਆ ਦੇ ਫੋਨ ਆਉਣੇ ਸ਼ੁਰੂ ਹੋ ਗਏ ਆ ਅਤੇ ਸਾਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਸੀਗਾ ਮੁੜ ਕੇ ਜਦੋਂ ਸ਼ਾਮੀ ਸਾਨੂੰ ਪਤਾ ਲੱਗਾ ਵੀ ਆਹ ਜਿਹੜੀ ਘਟਨਾ ਵਾਪਰੀ ਆ ਕਿਉਂਕਿ ਸਾਡਾ ਸੰਪਰਕ ਤਾਂ ਕੋਈ ਨਹੀਂ ਹੋਇਆ ਕੁੜੀ ਦੇ ਨਾਲ ਔਰ ਉਹ ਵਾਰ ਵਾਰ ਇਹ ਕਹਿ ਰਹੇ ਆ ਵੀ ਕੰਗਣਾ ਰਣੌਤ ਦੇ ਜਿਹੜਾ ਉਹ ਥੱਪੜ ਮਾਰਿਆ ਹੁਣ ਥੱਪੜ ਮਾਰਿਆ ਤਾਂ ਦਿਖਾ ਨਹੀਂ ਰਿਹਾ ਕਿਤੇ ਜਿਹੜੀ ਤਲਕੀ ਦੇ ਨਾਲ ਗੱਲਬਾਤ ਹੋ ਰਹੀ ਉਹ ਹੀ ਸਾਡੇ ਕੋਲ ਆ ਰਹੀ ਆ ਪਰ ਜਿਹੜਾ ਸਾਨੂੰ ਹੁਣ ਪਤਾ ਲੱਗਾ ਵਾ ਵੀ ਉੱਥੇ ਕੋਈ ਸਿਕਿਉਰਿਟੀ ਨੂੰ ਲੈ ਕੇ ਕੋਈ ਜਿਹੜੀ ਆ ਤੂੰ ਤੂੰ ਮੈਂ ਹੋਈ ਆ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਪਰਸ ਔਰ ਫੋਨ ਜਿਹੜਾ ਵਾ ਉਹ ਸਕੈਨਰ ਕਰੋ ਸਕੈਨ ਉਹਦੇ ਵਿੱਚ ਦੀ ਨਿਗਾਹੋ ਵੀ ਟੈਸਟ ਚੈੱਕ ਕਰਨਾ ਵਾ ਉਹਦੇ ਤੋਂ ਜਿਹੜਾ ਵਾ ਕੰਗਣਾ ਰਣੌਤ ਦੀ ਜਿਹੜੀ ਆ ਉਹਨੇ ਆਪਣੀ ਕਹਿ ਲਓ ਵੀ ਉਹਨਾਂ ਦੀ ਬੋਲਬਾਣੀ ਅਤੇ ਆਪਾਂ ਨੂੰ ਅੱਗੇ ਵੀ ਪਤਾ ਵੀ ਕਿੱਦਾਂ ਦੀ ਆ ਉੱਥੇ ਕੋਈ ਜਿਹੜੀ ਆ ਉਹ ਤਲਕੀ ਹੋਈ ਇਹਨਾਂ ਦੀ ਅੱਛਾ ਮੰਨਦੇ ਹੋ ਕਿ ਜੇਕਰ ਥੱਪੜ ਮਾਰਿਆ ਵੀ ਇਹ ਤੁਹਾਡੀ ਪ੍ਰਾਪਤੀ ਹੈ ਜੇ ਇਸ ਨੂੰ ਤੁਸੀਂ ਅਫਸੋਸ ਮੰਨਦੇ ਹੋ ਜੀ ਨਹੀਂ ਦੇਖੋ ਥੱਪੜ ਮਾਰਿਆ ਕਿਹੜੀ ਗੱਲੋਂ ਵਾ ਪਹਿਲਾਂ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਆ ਫਿਰ ਉਦੋਂ ਬਾਅਦ ਹੀ ਦੱਸਾਂਗੇ ਪ੍ਰਾਪਤੀ ਆ ਕਿ ਜਾਂ ਅਫਸੋਸ ਆ ਜਦ ਤੱਕ ਉਹ ਗੱਲ ਕਲੀਅਰ ਨਹੀਂ ਆਉਂਦੀ ਤਾਂ ਉਹਨਾਂ ਚਿਰ ਆਪਾਂ ਕੀ ਕਹਿ ਸਕਦੇ ਹਾਂ ਪਤਾ ਤਾਂ ਲੱਗੇ ਕੁਛ ਵੀ ਥੱਪੜ ਮਾਰਿਆ ਵੀ ਹੈ ਜਾਂ ਹਵਾ 'ਚ ਆ ਉਹ ਤੋਂ ਪਹਿਲਾਂ ਕੋਈ ਵੀ ਬਿਆਨ ਦੇਣਾ ਜਿਹੜਾ ਉਹ ਗਲਤ ਗੱਲ
ਅੱਛਾ, ਵੈਸੇ ਜਿਹੜੀ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਭੈਣ ਕੁਲਵਿੰਦਰ ਕੌਰ ਕਹਿ ਰਹੇ ਨੇ ਕਿ ਇਹ ਇਹਨਾਂ ਨੇ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੂੰ ਅਜਿਹੀ ਗੱਲ ਕਹੀ ਵੀ ਇਹ 100-100 ਰੁਪਏ ਦੇ ਵਿੱਚ ਧਰਨਿਆਂ 'ਚ ਜਾਂਦੀਆਂ ਨੇ, ਕਹਿੰਦੀਆਂ ਉਹਨਾਂ ਨੇ ਕਿਹਾ ਵੀ ਇਹ ਇਸ ਗੱਲ ਦਾ ਮੈਨੂੰ ਹਰਟ ਹੋਇਆ ਤਾਂ ਕਰਕੇ ਮੈਂ ਅਜਿਹਾ ਕੰਮ ਕੀਤਾ, ਜਾਂ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਫਿਰ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ ਇਹ ਜਦੋਂ ਸਿਕਿਉਰਿਟੀ ਦੇ ਵਿੱਚੋਂ ਹੀ ਇਹ ਗੱਲ ਤੁਰੀ ਆ ਵੀ ਜਦੋਂ ਉਹਨਾਂ ਨੇ ਜਿਹੜਾ ਵਾ ਆਪਣਾ ਕਿਹਾ ਵੀ ਇਹਦੀ ਸਕੈਨ ਕਰਨੀ ਦੇ ਉੱਤੇ ਦਿਓ ਆਪਣਾ ਪਰਸ ਜਾਂ ਫੋਨ, ਉੱਥੋਂ ਤੂੰ ਤੂੰ ਮੈਂ ਹੋਈ ਆ, ਅਤੇ ਕੰਗਣਾ ਨੌਤ ਜੀ ਜਦੋਂ ਕਿਸਾਨੀ ਉਦੋਂ ਉਹਨਾਂ ਚੱਲਿਆ ਤਾਂ ਬਹੁਤ ਮਾੜਾ ਭਲਾ ਕਹਿੰਦੀ ਰਹੀ ਆ, ਸ਼ਬਦਾਂ ਦੀ ਮਰਿਆਦਾ ਨਹੀਂ ਉਹਨਾਂ ਰੱਖੀ ਉਦੋਂ, ਔਰ ਉੱਥੋਂ ਤੱਕ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਵਾ ਸਾਡੀਆਂ ਬੀਬੀਆਂ ਵਾ ਉਹਨਾਂ ਨੂੰ ਕਹਿੰਦੀ ਰਹੀ ਟਕੇ ਟਕੇ ਦੀਆਂ, ਔਰ ਇਹ ਦਿਹਾੜੀ 'ਤੇ ਆਈਆਂ ਵਾ, ਅਤੇ ਜਦੋਂ ਇਹੋ ਜਿਹੀ ਤਲਕੀ ਹੁੰਦੀ ਆ ਅਤੇ ਸੁਭਾਵਿਕ ਹੀ ਆ ਕਿ ਉਹ ਗੱਲ ਜਿਹੜੀ ਉਹ ਸਾਹਮਣੇ ਆ ਜਾਂਦੀ ਆ, ਅਤੇ ਉਹਦੇ ਵਿੱਚ ਉਹਨੇ ਕਿਹਾ ਵੀ ਤੁਸੀਂ ਉਹੋ ਹੀ ਜੋ ਜਿਹੜੇ ਸਾਡੀਆਂ ਮਾਵਾਂ ਭੈਣਾਂ ਨੂੰ ਇੱਦਾਂ ਗਲਤ ਬੋਲਦੇ ਰਹਿ ਜਾਓ, ਸਾਡੀਆਂ ਮਾਵਾਂ ਤੱਕ ਗਲਤ ਸ਼ਬਦਾਵਲੀ ਕਰਦੇ ਰਹੇ ਆ, ਇਸ ਕਰਕੇ ਉਹਨਾਂ ਨੇ ਗਾੜੀ ਉਹਨਾਂ ਨੂੰ ਜਵਾਬ ਦਿੱਤਾ। ਅੱਛਾ, ਪੰਜਾਬੀ ਯੋਧੇ ਖਵਾਉਂਦੇ ਨੇ, ਸੰਘਰਸ਼ੀ ਖਵਾਉਂਦੇ ਨੇ, ਜਿਹੜੇ ਪੰਜਾਬੀ ਜਜ਼ਬਾਤੀ ਖਵਾਉਂਦੇ ਨੇ ਔਰ ਅਣਖੀ ਵੀ ਖਵਾਉਂਦੇ ਨੇ, ਕੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪੰਜਾਬੀਆਂ ਦੇ ਕੋਈ ਖਿਲਾਫ਼ ਬੋਲੂਗਾ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਜੀ? ਮੈਂ ਤਾਂ ਕਈ ਵਾਰ ਅਸੀਂ ਇਹ ਸੋਚਦੇ ਹਾਂ ਵੀ ਸਾਨੂੰ ਵਿਹਲੜ ਸਮਝਿਆ ਜਾਂਦਾ, ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਵਾ 1907 ਦੇ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਦੇ ਵਿੱਚ, 47 ਦੇ ਵਿੱਚ 10 ਲੱਖ ਬੰਦਾ ਮਰਿਆ ਸਾਡੀਆਂ ਬੀਬੀਆਂ ਭੈਣਾਂ ਦੀ ਜਿਹੜੀ ਆ ਉਹ ਪੱਤ ਲੁੱਟੀ ਗਈ, ਸਾਡੇ ਘਰ ਬਾਹਰ ਲੁੱਟੇ ਗਏ, ਅਤੇ ਜਿਹੜੀ ਬਰਬਾਦੀ ਆ ਉਹ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਹੋਈ ਆ, ਟੋਟੇ ਦੋ ਹੋਏ ਆ, ਉਦੋਂ ਬਾਅਦ ਆ ਕਿਸਾਨੀ ਸੰਘਰਸ਼ ਲੜਿਆ ਵਾ, ਪੂਰੇ ਦੇਸ਼ ਦੁਨੀਆ ਦੀ ਲੜਾਈ ਲੜ ਰਹੇ ਹਾਂ, ਇਕੱਲੀ ਕਿਤੇ MSP ਅਸੀਂ ਆਪਣੇ ਲਈ ਨਹੀਂ ਮੰਗ ਰਹੇ, ਸ਼ਾਇਦ ਅਸੀਂ ਆਪਣੇ ਲਈ ਮੰਗਦੇ ਹੁੰਦੇ ਅਤੇ ਉਹਨੂੰ ਮਿਲ ਜਾਂਦੀ, ਅਸੀਂ ਪੂਰੇ ਭਾਰਤ ਦੀ ਗੱਲ ਕਰ ਰਹੇ ਹਾਂ, ਇਸ ਕਰਕੇ ਸਾਨੂੰ ਜਿਹੜਾ ਵਾ ਅੱਤਵਾਦੀ ਖਾਲਿਸਤਾਨੀ ਮਾਇਓਵਾਦੀ ਗੰਦੀ ਨਾਲੀ ਦੇ ਕੀੜੇ ਜੋ ਮੂੰਹ 'ਚ ਆਉਂਦਾ ਉਹ ਬੋਲਦੇ। ਅੱਛਾ, ਇਸ ਵੀਡੀਓ ਤੋਂ ਬਾਅਦ ਕੰਗਣਾ ਰਣੌਤ ਦਾ ਵੀ ਇੱਕ ਬਿਆਨ ਆਉਂਦਾ ਹੈ, ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ਪਾਉਂਦੇ ਨੇ, ਉਹ ਕਹਿੰਦੇ ਪੰਜਾਬ ਦੇ ਵਿੱਚ ਅੱਤਵਾਦ ਪਣਪਣਾ ਰਿਹਾ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ, ਇਹਦੇ ਬਾਰੇ ਕੀ ਕਹੋਗੇ? ਦੇਖੋ ਜਦੋਂ ਅਸੀਂ ਆਪਣੇ ਹੱਕ ਮੰਗੇ ਆ, ਜਦੋਂ ਵੀ ਅਸੀਂ ਆਪਣੇ ਹੱਕਾਂ ਦੀ ਗੱਲ ਕੀਤੀ ਆ ਅਤੇ ਸਾਡੇ 'ਤੇ ਇਹੋ ਹੀ ਅਟੈਕ ਲੱਗਾ ਰਿਹਾ ਵੀ ਇਹ ਅੱਤਵਾਦੀ ਆ, ਇਹ ਖਾਲਿਸਤਾਨੀ ਆ, ਇਹ ਪਾਕਿਸਤਾਨੀ ਆ, ਇਹ ਸਾਡੇ 'ਤੇ ਅਟੈਕ ਲੱਗਦੇ ਆਏ ਆ, ਹੁਣ ਤੁਸੀਂ ਆਹ ਵੇਖ ਲਓ ਵੀ ਆਹ ਕਿੰਨੇ ਕੁ ਅੱਤਵਾਦੀ ਖਲੋਤੇ ਆ, ਕੀ ਇਹਨਾਂ ਤੋਂ ਖਤਰਾ ਵਾ? ਇਹ ਕੰਗਣਾ ਰਣੌਤ ਜੀ ਨੂੰ ਹੁਣ ਜਿਹੜੀ ਆ ਉਹਦੇ 'ਤੇ ਜ਼ਿੰਮੇਵਾਰੀ ਵੱਡੀ ਪੈ ਗਈ ਆ, ਲੋਕਾਂ ਦੀ ਚੁਣੀ ਹੋਈ MP ਆ, ਹੁਣ ਉਹ ਇੱਕ ਐਕਟਰ ਨਹੀਂ ਰਹੀ, ਉਹਨਾਂ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਜਿਹੜਾ ਵਾ ਸਲਾਹ ਕਰ ਲੈਣੀ ਚਾਹੀਦੀ ਆ ਆਪਣੇ ਮੀਡੀਆ ਸਲਾਹਕਾਰ ਦੇ ਨਾਲ ਵੀ ਮੈਂ ਆਹ ਬਿਆਨ ਦੇਵਾਂ ਜਾਂ ਨਾ ਦੇਵਾਂ, ਇਹ ਤਾਂ ਅੱਗ ਲਾਉਣ ਵਾਲੀ ਗੱਲ ਆ ਵੀ ਇਹੋ ਜਿਹਾ ਬਿਆਨ ਦੇ ਦਿਓ, ਠੀਕ ਆ ਜੀ? ਇਸ ਕਰਕੇ ਸਾਡਾ ਪਹਿਲਾਂ ਵੀ ਪਰਿਵਾਰ ਜਿਹੜਾ ਵਾ ਫੌਜ ਦੇ ਵਿੱਚ ਸਾਡੇ 5 ਤਾਏ ਚਾਚੇ ਰਹੇ ਆ, 65 ਦੀ ਲੜਾਈ ਲੜੀ ਆ, 71 ਦੀ ਲੜਾਈ ਲੜੀ ਆ, ਔਰ ਅੱਜ ਵੀ ਜਿਹੜਾ ਵਾ ਉਹ ਆਪਣੀ ਡਿਊਟੀ ਨਿਭਾ ਰਹੇ ਆ, ਕੋਈ ਇਹ ਨਹੀਂ ਆ 15-16 ਸਾਲ ਤੋਂ ਆਪਣੀ ਡਿਊਟੀ ਨਿਭਾ ਰਹੇ। ਅੱਛਾ, ਇਸ ਘਟਨਾ ਤੋਂ ਬਾਅਦ ਤੁਹਾਨੂੰ ਡਰ ਤਾਂ ਨਹੀਂ ਸਤਾ ਰਿਹਾ ਕਿਤੇ ਤੁਹਾਡੇ 'ਤੇ ਵੀ ਅੱਤਵਾਦੀਆਂ ਵਾਲਾ ਅਟੈਕ ਲੱਗ ਰਿਹਾ ਜੀ? ਨਹੀਂ, ਡਰ ਨਾਂ ਦੀ ਤਾਂ ਚੀਜ਼ ਹੀ ਹੈ ਨਹੀਂ ਵੀ ਹੁੰਦਾ ਕੀ ਆ, ਜੇ ਡਰ ਹੁੰਦਾ ਤਾਂ ਅਸੀਂ ਆਹ ਕੈਮਰੇ ਗਾੜੀ ਨਾਲ ਬੋਲਦੇ ਹੁੰਦੇ, ਡਰ ਹੁੰਦਾ ਤਾਂ 2019 ਤੋਂ ਜਿਹੜਾ ਵਾ ਤਤਪਰ ਹੋ ਕੇ ਨਾ ਲੜਦੇ, ਡਰ ਹੁੰਦਾ ਤਾਂ ਕਾਲੇ ਕਾਨੂੰਨ ਵਾਪਸ ਨਾ ਕਰਾਉਂਦੇ, ਇਸ ਕਰਕੇ ਜੇ ਡਰ ਹੁੰਦਾ ਤਾਂ ਦੁਬਾਰਾ ਫਿਰ ਜਾ ਕੇ ਸ਼ੰਭੂ ਖਨੌਰੀ ਰਤਨਪੁਰਾ ਰਾਜਸਥਾਨ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਲੋਕਾਂ ਨੂੰ ਇਕੱਠੇ ਨਾ ਕਰਦੇ, ਡਰ ਨਾਂ ਦਾ ਕੋਈ ਇਹੋ ਜਿਹਾ ਨਾਂ ਨਹੀਂ ਹੈਗਾ, ਕਿਉਂਕਿ ਅਸੀਂ ਸੰਵਿਧਾਨ ਦੇ ਵਿੱਚ ਰਹਿ ਕੇ ਜਿਹੜਾ ਵਾ ਆਪਣਾ ਸੰਘਰਸ਼ ਕਰ ਰਹੇ ਹਾਂ, ਇਸ ਕਰਕੇ ਸਾਨੂੰ ਡਰ ਕੋਈ ਨਹੀਂ ਗਾ, ਅਸੀਂ ਕਹਿੰਦੇ ਹਾਂ ਵੀ ਨਕਵਾਰੀ ਜਿਹੜੀ ਆ ਉਹ ਸਹੀ ਹੋਣੀ ਚਾਹੀਦੀ ਆ, ਜੋ ਨਕਵਾਰੀ 'ਚ ਆਉਂਦਾ ਵਾ ਠੀਕ ਆ ਉਹਦੇ ਆਧਾਰ 'ਤੇ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ, ਜੇ ਤੁਸੀਂ ਕਹੋਗੇ ਧੱਕਾ ਤਾਂ ਧੱਕਾ ਨਹੀਂ ਅਸੀਂ ਹੋਣ ਦੇਣਾ, ਅਸੀਂ ਆਪਣੇ ਪਰਿਵਾਰ ਦੇ ਨਾਲ ਆਪਣੀ ਭੈਣ ਦੇ ਨਾਲ ਡਟ ਕੇ ਖੜ੍ਹੇ ਹਾਂ।
ਅੱਛਾ ਭੈਣ ਕੁਲਵਿੰਦਰ ਕੌਰ ਨੇ ਤੁਹਾਡੇ ਨਾਲ ਪਹਿਲਾਂ ਕੰਗਣਾ ਰਣੌਤ ਬਾਰੇ ਕਦੇ ਜ਼ਿਕਰ ਕੀਤਾ ਜਾਂ ਉਹਦੇ ਬਾਰੇ ਜਿਹੜੀ ਟਿੱਪਣੀਆਂ ਕੀਤੀਆਂ ਜਾਂਦੀਆਂ ਸੀ ਕੰਗਣਾ ਰਣੌਤ ਵੱਲੋਂ ਕਿਸਾਨਾਂ ਨੂੰ ਲੈ ਕੇ ਜਾਂ ਕਿਸਾਨਾਂ ਦੇ ਨਾਲ ਜਿਹੜੀਆਂ ਬੀਬੀਆਂ ਜਾਂਦੀਆਂ ਸੀਗੀਆਂ ਆਪਣੀਆਂ ਭੈਣਾਂ ਜਾਂਦੀਆਂ ਸੀਗੀਆਂ ਉਹਨਾਂ ਬਾਰੇ ਜਦੋਂ ਟਿੱਪਣੀ ਕੀਤੀ ਜਾਂਦੀ ਸੀ ਤਾਂ ਭੈਣ ਕੁਲਵਿੰਦਰ ਕੌਰ ਨੇ ਤੁਹਾਡੇ ਨਾਲ ਕਦੇ ਕੋਈ ਜ਼ਿਕਰ ਕੀਤਾ ਉਸ ਘਟਨਾ ਨੂੰ ਲੈ ਕੇ? ਦੇਖੋ ਮੈਂ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਵਾ ਸਰਗਰਮ ਚੱਲ ਰਿਹਾ ਵਾਂ, ਮੇਰੇ ਨਾਲ ਕਦੀ ਵੀ ਇਹੋ ਜਿਹੀ ਗੱਲਬਾਤ ਨਹੀਂ ਨਾ ਕੀਤੀ, ਕਿਉਂਕਿ ਸੋਸ਼ਲ ਮੀਡੀਆ ਦਾ ਜਿਹੜਾ ਜ਼ਮਾਨਾ ਵਾ, ਸਵੇਰੇ ਜਦੋਂ ਅਸੀਂ ਉੱਠਦੇ ਹਾਂ ਤਾਂ ਦੇਸ਼ ਦੁਨੀਆ ਦੀ ਸਾਨੂੰ ਖਬਰ ਪਤਾ ਲੱਗ ਜਾਂਦੀ ਕੌਣ ਕੀ ਬੋਲ ਰਿਹਾ ਕੌਣ ਕੀ ਬੋਲ ਰਿਹਾ ਵਾ। ਉਹਦੇ ਵਿੱਚੋਂ ਉਹਨਾਂ ਨੇ ਵੀ ਸੁਣਿਆ ਹੋਊਗਾ, ਉਹਨਾਂ ਦੇ ਵੀ ਜਦੋਂ ਉਹ ਸਾਹਮਣੇ ਆਈ ਆ ਅਤੇ ਜਦੋਂ ਉਹਨਾਂ ਨੇ ਉਹਨਾਂ ਨਾਲ ਮਿਸਬਿਹੇਵ ਕੀਤਾ ਵਾ ਅਤੇ ਉਹਦੇ ਫਿਰ ਦਿਮਾਗ ਦੇ ਵਿੱਚ ਇਹ ਵੀ ਚੀਜ਼ ਆ ਗਈ ਹੋਊਗੀ, ਹੋ ਸਕਦਾ ਉਹ ਕੋਈ ਗਲਤ ਸ਼ਬਦ ਬੋਲੇ ਹੋਣੇ ਅਤੇ ਸਾਰਾ ਕੁਝ ਜਾਂਚ ਦੇ ਵਿੱਚ ਹੀ ਆਊਗਾ ਨਾ, ਅਤੇ ਫਿਰ ਉਹਦੇ ਵਿੱਚੋਂ ਫਿਰ ਉਹਨਾਂ ਦਾ ਸੁਭਾਵਿਕ ਹੀ ਆ ਵੀ ਚੇਤਾ ਆ ਜਾਣਾ ਅਤੇ ਉਹਨਾਂ ਨੇ ਗੱਲ ਰੱਖੀ ਆਪਦੀ। ਅੱਛਾ ਭੈਣ ਕੁਲਵਿੰਦਰ ਕੌਰ ਹੋਰਾਂ ਦੇ ਨਾਲ ਘਟਨਾ ਤੋਂ ਬਾਅਦ ਜਾਂ ਘਟਨਾ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਜੀ? ਨਹੀਂ ਬਿਲਕੁਲ ਨਹੀਂ, ਕੋਈ ਗੱਲਬਾਤ ਨਹੀਂ ਹੋਈ, ਅਸੀਂ ਹੁਣ ਕੋਸ਼ਿਸ਼ ਕੀਤੀ ਆ ਪਰ ਹੋਈ ਨਹੀਂ। ਘਟਨਾ ਤੋਂ ਬਾਅਦ ਤੁਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੋਊਗੀ, ਕੀ ਉਹਨਾਂ ਦਾ ਨੰਬਰ ਬੰਦ ਆ ਰਿਹਾ? ਨਹੀਂ ਉਹ ਚੁੱਕ ਨਹੀਂ ਰਹੇ, ਉਦੋਂ ਬਾਅਦ ਮੀਡੀਆ ਚੱਲ ਪਿਆ, ਮੈਂ ਉੱਧਰ ਲੱਗਾ ਹੀ ਨਹੀਂ, ਮੈਂ ਉਹ ਜਿਹੜੇ ਆ 6 ਵਜੇ ਤਾਂ ਜਿਹੜਾ ਵਾ 6:30 ਵਜੇ ਤਾਂ ਜਿਹੜਾ ਵਾ ਸੰਪਰਕ ਕਰਦਾ ਰਿਹਾ ਵਾਂ, ਪਰ ਉਹ ਫੋਨ ਪਹਿਲਾਂ ਵੱਜਦਾ ਰਿਹਾ ਵਾ, ਕਿਸੇ ਨੇ ਚੁੱਕਿਆ ਨਹੀਂਗਾ ਅਤੇ ਨਾ ਭਾਅ ਜੀ ਨੇ ਚੁੱਕਿਆ ਵਾ। ਅਤੇ ਬਾਕੀ ਵੇਖੋ ਜੋ ਸਮੇਂ ਦਾ, ਕੱਲ ਨੂੰ ਸਾਰੀ ਜਾਣਕਾਰੀ ਪਤਾ ਲੱਗੂਗਾ, ਜਾਵਾਂਗੇ। ਇਸ ਸਮੇਂ ਕੁਲਵਿੰਦਰ ਕੌਰ ਹੋਣੀ ਕਿੱਥੇ ਆ, ਤੁਹਾਨੂੰ ਕੋਈ ਖਬਰ ਹੈ ਜੀ ਉਹ ਕਿੱਥੇ ਹੈਗੇ ਨੇ? ਨਹੀਂ ਨਹੀਂ ਬਿਲਕੁਲ ਨਹੀਂ, ਸਾਨੂੰ ਇਹਦੇ ਬਾਰੇ ਨਹੀਂ ਕੁਝ ਪਤਾ ਵੀ ਉਹ ਕਿਹੜੇ ਪੁਲਿਸ ਦੀ ਕਸਟਡੀ 'ਚ ਆ, ਫੌਜ ਦੀ ਕਸਟਡੀ 'ਚ ਆ ਜਾਂ ਕਿੱਦਾਂ। ਹਾਂਜੀ। ਅੱਛਾ ਇੱਥੇ ਤੁਹਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ, ਇੱਕ ਵਾਰ ਕੈਮਰਾ ਘੁਮਾ ਕੇ ਜ਼ਰੂਰ ਦਿਖਾ ਦਿਓ, ਤੁਹਾਡੇ ਸਾਕ ਸੰਬੰਧੀ ਰਿਸ਼ਤੇਦਾਰ ਪਹੁੰਚ ਰਹੇ ਨੇ, ਇਹ ਕੀ ਮੈਸੇਜ ਹੈ ਜੀ ਤੁਹਾਡੇ ਇੱਥੇ ਵੱਡਾ ਇਕੱਠ ਹੋਣ ਦਾ? ਦੇਖੋ ਮੈਂ ਇੱਕ ਜਥੇਬੰਦਕ ਹਾਂ, ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲੇ ਦਾ ਸੰਗਠਨ ਸਕੱਤਰ ਹਾਂ। ਜਦੋਂ ਵੀ ਕੋਈ 19-21 ਹੁੰਦੀ ਆ, ਅੱਜ ਤੋਂ ਪਹਿਲਾਂ ਮੈਨੂੰ 2 ਵਾਰੀ ਪੁਲਿਸ ਨੇ ਘੇਰਾ ਪਾਇਆ ਵਾ, 24 ਤਰੀਕ ਨੂੰ ਪਾਇਆ ਵਾ, 26 ਤਰੀਕ ਨੂੰ ਪਾਇਆ ਵਾ, ਅਤੇ ਇਸੇ ਤਰ੍ਹਾਂ ਲੋਕਾਂ ਨੇ ਆਣ ਕੇ ਮੈਨੂੰ ਘੇਰੇ ਦੇ ਵਿੱਚੋਂ ਕੱਢਿਆ ਵਾ। ਜਿੱਦਾਂ ਨਰਿੰਦਰ ਮੋਦੀ ਜੀ ਆਏ ਆ, ਉਦਣ ਵੀ ਮੈਨੂੰ ਘੇਰੇ 'ਚੋਂ ਕੱਢਿਆ ਗਿਆ, ਜਿੱਦਾਂ ਭਗਵੰਤ ਮਾਨ ਜੀ ਆਏ ਆ, ਮੈਨੂੰ ਉਦਣ ਵੀ ਘੇਰੇ 'ਚੋਂ ਕੱਢਿਆ ਗਿਆ। ਇੱਕ ਸਾਡਾ ਸੰਗਠਨ ਆ ਨਾ, ਸਾਡਾ ਪਰਿਵਾਰ ਆ, ਜਥੇਬੰਦੀ ਇੱਕ ਪਰਿਵਾਰ ਆ, ਭੈਣ ਭਰਾਵਾਂ ਤੋਂ ਵੱਧ ਕੇ ਪਹਿਲਾਂ ਉਹ ਖੜ੍ਹੇ ਆ। ਇਸ ਕਰਕੇ ਜਦੋਂ ਵੀ ਉਹਨਾਂ ਨੂੰ ਪਤਾ ਲੱਗਾ ਵੀ ਮੰਨ ਲਓ ਘਟਨਾ ਤਾਂ ਉੱਥੇ ਵਾਪਰੀ ਆ, ਉਹ ਸਿੱਧਾ ਮੇਰੇ 'ਤੇ ਕਿਉਂ ਅਟੈਕ ਲਿਆ ਰਹੇ ਆ? ਇਸ ਕਰਕੇ ਕਿ ਮੈਂ ਕਿਸਾਨੀ ਸੰਘਰਸ਼ ਲੜਦਾ ਵਾਂ, ਕੀ ਮੈਂ ਲੋਕਾਂ ਦੀ ਗੱਲ ਕਰਦਾ ਵਾਂ, ਕੀ ਅਸੀਂ ਦੇਸ਼ ਵਾਸਤੇ ਕਿਸਾਨਾਂ ਮਜ਼ਦੂਰਾਂ ਲਈ ਖੜ੍ਹੇ ਹਾਂ? ਇਸ ਕਰਕੇ ਉਹ ਜਦੋਂ ਆਪਣੇ ਜਿੰਨਾ ਵੀ ਆ CID ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ, ਅਤੇ ਮੈਂ ਵੀ ਆਪਣਾ ਜਿਹੜਾ ਅਸੀਂ ਜਥੇਬੰਦੀ ਦੇ ਵਿੱਚ ਗੱਲ ਰੱਖੀ, ਉਹਦਾ ਕਰਕੇ ਸਾਰਾ ਪਰਿਵਾਰ ਆ ਰਿਹਾ, ਕੋਈ ਇੱਦਾਂ ਦੀ ਗੱਲ ਨਹੀਂ। ਅੱਛਾ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਤੋਂ ਬਾਅਦ ਪਰਿਵਾਰ ਨੂੰ ਵਧੀਕੀਆਂ ਹੋਣ ਦਾ ਜਿਹੜਾ ਅੰਦਰ ਖਾਤੇ ਡਰ ਸਤਾਉਂਦਾ ਹੁੰਦਾ ਵੀ ਭਾਈ ਸਾਡੇ ਨਾਲ ਕੋਈ ਅਣਸੁਖਾਵੀਂ ਘਟਨਾ ਹੋ ਸਕਦੀ ਹੈ ਜਾਂ ਸਾਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਸਕਦਾ ਹੈ, ਕੀ ਤੁਹਾਡੇ ਪਰਿਵਾਰ ਦੇ ਵਿੱਚ ਵੀ ਅਜਿਹੇ ਹਾਲਾਤ ਬਣੇ ਨੇ ਜਾਂ ਅਜਿਹੀ ਸਿਚੁਏਸ਼ਨ ਬਣੀ ਹੋਈ ਹੈ ਜੀ? ਦੇਖੋ ਇਹ ਸੁਭਾਵਿਕ ਹੀ ਆ, ਕੋਈ ਇੱਦਾਂ ਦੀ ਗੱਲ ਨਹੀਂ ਵੀ ਸਾਡੇ ਨਾਲ ਅੱਜ ਕੋਈ ਨਵਾਂ ਨਹੀਂ ਗਾ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾਂ ਵਾ, ਕੋਈ ਅੱਜ ਕੋਈ ਨਵਾਂ ਗੱਲ ਨਹੀਂ ਗਾ। ਇਸ ਕਰਕੇ ਜੋ ਵੀ ਅਗਲੇ ਬੰਨੇ ਕੋਈ ਸਰਕਾਰ ਕੋਈ ਵਧੀਕੀ ਕਰਦੀ ਆ ਅਤੇ ਮੇਰੇ ਨਾਲ ਪੰਜਾਬ ਦੇ ਲੋਕ ਵੀ ਖੜ੍ਹੇ ਆ, ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਊਗਾ ਹੁਣ ਤੱਕ ਜਿਹੜੇ ਆ ਕਿੰਨੇ ਫੋਨ ਆ ਚੁੱਕੇ ਆ, ਜਥੇਬੰਦੀਆਂ ਦੇ ਬਿਆਨ ਆ ਚੁੱਕੇ ਆ, ਨਾ ਧੱਕਾ ਕਰਾਂਗੇ ਨਾ ਧੱਕਾ ਹੋਣ ਦਿਆਂਗੇ, ਕੋਈ ਐਡਾ ਸਾਨੂੰ ਡਰ ਨਹੀਂ ਸਤਾਰਿਆ ਵੀ ਸਾਡੇ 'ਤੇ ਕੀ ਉੱਥੇ ਕੀ ਹੋ ਜੂਗਾ। ਠੀਕ ਆ ਨਾ, ਜਿਹੜੀ ਉਹਨਾਂ ਨੇ ਉੱਥੇ ਗੱਲਬਾਤ ਹੋਈ ਆ, ਜੋ ਉਹਨਾਂ ਦੀ ਤਲਕੀ ਹੋਈ ਆ, ਉਹਦੀ ਜਾਂਚ ਹੋ ਜੂਗੀ, ਜਾਂਚ ਦੇ ਆਧਾਰ 'ਤੇ ਜਿਹੜੀ ਕਾਰਵਾਈ ਬਣਦੀ ਹੋ ਜੂਗੀ, ਪਰ ਜੇ ਉਹ ਧੱਕਾ ਕਰਨਗੇ ਤਾਂ ਉਹ ਨਹੀਂ ਹੋਣਾ। ਅੱਛਾ ਵੈਸੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਬਹੁਤ ਜੱਦੋ ਜਹਿਦ ਕਰਨੀ ਪੈਂਦੀ ਹੈ ਜਾਂ ਬਹੁਤ ਜਿਹੜੇ ਟਾਸਕ ਪੂਰੇ ਕਰਨੇ ਪੈਂਦੇ ਨੇ,
ਚਾਹੇ ਆਪਾਂ ਸਰੀਰਕ ਤੌਰ 'ਤੇ ਗੱਲ ਕਰ ਲਈਏ ਜਾਂ ਆਪਾਂ ਜਦੋਂ ਮੈਡੀਕਲ ਹੁੰਦਾ ਹੈ ਉਦੋਂ ਵੀ ਬਹੁਤ ਸਾਰੀਆਂ ਅੜਚਣਾਂ ਵੀ ਆ ਜਾਂਦੀਆਂ ਨੇ ਕਈ ਵਾਰ। ਤੁਹਾਨੂੰ ਕੀ ਲੱਗਦਾ ਜੇਕਰ ਭੈਣ ਕੁਲਵਿੰਦਰ ਕੌਰ ਦੀ ਨੌਕਰੀ ਜਾਂਦੀ ਹੈ ਪਰਿਵਾਰ ਨੂੰ ਕੋਈ ਅਫਸੋਸ ਹੋਏਗਾ ਜਾਂ ਤੁਹਾਡੇ ਪਰਿਵਾਰ ਵੱਲੋਂ ਜਿਵੇਂ ਉਹਨਾਂ ਨੂੰ ਜੁਆਇਨਿੰਗ ਕਰਵਾਈ ਗਈ ਸੀਗੀ ਮਿਹਨਤ ਕਰਵਾਈ ਸੀਗੀ ਉਹਦਾ ਕੋਈ ਅਫਸੋਸ ਹੋਊਗਾ ਇਸ ਘਟਨਾ ਤੋਂ ਬਾਅਦ ਜੀ? ਦੇਖੋ ਜਿਸ ਤਰ੍ਹਾਂ ਕੰਗਣਾ ਰਣੌਤ ਜੀ ਨੇ ਉਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ, ਵਿਘਨ ਹੁੰਦਾ ਵੀ ਜਦੋਂ ਉਹ ਉਹਨਾਂ ਦੀ ਕਰ ਰਹੇ ਆ ਜਾਂਚ ਕਰ ਰਹੇ ਆ ਪਰਸ ਆ ਜਾਂ ਫੋਨ ਆ ਉਹਨੂੰ ਉਹਨਾਂ ਨੇ ਕਿਹਾ ਸਕੈਨਰ ਭੇਜਦੀ ਲੰਘਾਉਣਾ ਵਾ, ਠੀਕ ਆ, ਉਹਨਾਂ ਨੇ ਉੱਥੇ ਉਹਨਾਂ ਨਾਲ ਮਿਸਬਿਹੇਵ ਕੀਤਾ ਵਾ ਅਤੇ ਫਿਰ ਉਹ ਜਿੰਨੀ ਕਾਰਵਾਈ ਜੇ ਇਹਨਾਂ 'ਤੇ ਬਣਦੀ ਤਾਂ ਉਹਨਾਂ 'ਤੇ ਵੀ ਬਣਦੀ ਆ, ਆਪਣੀ ਡਿਊਟੀ 'ਤੇ ਉਹ ਖੜ੍ਹੇ ਆ, ਜੇ ਉਹਨਾਂ ਨੇ ਮਿਸਬਿਹੇਵ ਕੀਤਾ ਤਾਂ ਕਾਰਵਾਈ ਉਹਨਾਂ 'ਤੇ ਵੀ ਬਣਨੀ ਆ, ਠੀਕ ਆ। ਜੇ ਉਹ ਤੋਂ ਬਾਵਜੂਦ ਵੀ ਜਿਹੜੀ ਉਹ ਗੱਲ ਆਉਂਦੀ ਆ ਉਹ ਕੁਲਵਿੰਦਰ ਕੌਰ ਕਹਿ ਰਹੀ ਆ ਵੀ ਤੁਸੀਂ ਸਾਡੀਆਂ ਮਾਵਾਂ ਭੈਣਾਂ ਨੂੰ ਇੱਦਾਂ ਕਿਹਾ ਵਾ ਵੀ ਟਕੇ ਟਕੇ ਦੀਆਂ, ਅਤੇ ਮਾਣ ਵਾਲੀ ਗੱਲ ਵੀ ਆ, ਮੂੰਹ 'ਤੇ ਜਵਾਬ ਦੇਣਾ, ਸੱਚ ਕਹਿਣਾ, ਬਾਬਰ ਨੂੰ ਜਾਵਰ ਬਾਬੇ ਨਾਨਕ ਨੇ ਕਿਹਾ ਕਿਸੇ ਝੇਮਤੀ ਆਣੀ ਸੀ। ਪੰਜਾਬੀ ਕਹਿੰਦੇ 500 ਸਾਲ ਬਾਅਦ ਵੀ ਬਦਲਾ ਲੈ ਲੈਂਦੇ ਆ ਜੀ। ਚਲੋ ਇਹ ਤਾਂ ਇਤਿਹਾਸ ਗਵਾਹ ਵਾ, ਕਹਿਣ ਦੀ ਲੋੜ ਨਹੀਂ, ਇਤਿਹਾਸ ਗਵਾਹ ਵਾ ਨਾ, ਉਸੇ ਤਰ੍ਹਾਂ ਇਤਿਹਾਸ ਚੱਲੀ ਜਾਂਦਾ। ਪੰਜਾਬੀਆਂ ਦਾ ਖੂਨ ਇੰਨਾ ਵਾਲੇ ਕਿਉਂ ਮਾਰਦਾ ਜੀ? ਪੰਜਾਬੀਆਂ ਦੇ ਵਿੱਚ ਕੀ ਇਹੋ ਜਿਹੀ ਸ਼ਕਤੀ ਹੈ ਜੀ ਜਦੋਂ ਕੋਈ ਆਪਣੇ ਸਾਹਮਣੇ ਅਜਿਹਾ ਬੰਦਾ ਆਉਂਦਾ ਜਾਂ ਕਿਸੇ ਨੇ ਵਧੀਕੀ ਕੀਤੀ ਹੋਵੇ ਜਾਂ ਕਿਸੇ ਨੇ ਇਸ ਸਮਾਂ ਪੁਰਾਣੇ ਸਮੇਂ ਦੇ ਵਿੱਚ ਸ਼ਬਦੀ ਹਮਲੇ ਕੀਤੇ ਹੋਣ, ਫਿਰ ਪੰਜਾਬੀਆਂ ਦਾ ਖੂਨ ਕਿਉਂ ਵਾਲੇ ਮਾਰਦਾ ਜੀ? ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਖੂਨ ਵਾਲੇ ਮਾਰਦਾ, ਜਦੋਂ ਸਾਡਾ ਰਹੂ ਕੱਖ ਨਾ ਅਤੇ ਅਸੀਂ ਹੁਣ ਮਰਦੇ ਕੀ ਕਰਾਂਗੇ, ਮਰਦੀ ਕੀ ਨਹੀਂ ਕਰਦੀ, ਹੁਣ ਅਸੀਂ ਸੰਘਰਸ਼ ਹੀ ਕਰਨ ਦੇ ਹਾਂ, ਅਸੀਂ ਆਪਣੇ ਹੱਕੀ ਮੰਗਾਂ ਲਈ ਲੜ ਰਹੇ ਹਾਂ, ਅਤੇ ਜੇ ਉਹ ਆਪਣੀ ਡਿਊਟੀ 'ਤੇ ਖੜ੍ਹੀ ਆ ਅਤੇ ਇੱਕ ਐੱਮ ਪੀ ਆਣ ਕੇ ਕਹੇ ਵੀ ਭਾਈ ਮੈਂ ਤਾਂ ਆਪਣੀ ਚੈਕਿੰਗ ਹੀ ਨਹੀਂ ਕਰਾਉਣੀ, ਅਤੇ ਫਿਰ ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕੋ ਹੀ ਆ ਨਾ, ਡਿਊਟੀ ਦੇ ਵਿੱਚ ਵਿਘਣ ਪਾਇਆ ਵਾ, ਇਸ ਕਰਕੇ ਕਾਰਵਾਈ ਕੰਗਣਾ ਰਣੌਤ ਦੀ ਇਹ ਓਨੀ ਬਣਨੀ, ਅਤੇ ਉਹਨਾਂ ਨੂੰ ਆਪਣਾ ਜਿਹੜਾ ਲਿਹਾਜ਼ਾ ਉਹ ਬਦਲਣਾ ਚਾਹੀਦਾ ਵਾ, ਹੁਣ ਉਹ ਐਕਟਰ ਨਹੀਂ ਰਹੇ ਉਹ ਐੱਮ ਪੀ ਬਣ ਗਏ ਆ, ਜੇ ਇਹੋ ਜਿਹੇ ਬਿਆਨ ਦੇਣਗੇ ਅਤੇ ਕੱਲ੍ਹ ਨੂੰ ਲੋਕ ਇਨਕਾਰ ਦੇਣਗੇ, ਜਿਹੜੇ ਕਹਿੰਦੇ ਸੀ 400 ਤੋਂ ਪਾਰ ਅੱਜ ਸੱਤਾ ਤੋਂ ਬਾਹਰ ਉਹਨੂੰ ਫਿਰਦੇ ਆ, ਜਿਹੜੇ ਕਹਿੰਦੇ ਵੀ ਅਸੀਂ 400 ਸੀਟ ਦੇਣੀ 140 'ਤੇ ਪਏ ਆ, ਕੋਈ ਇੱਦਾਂ ਦੀ ਗੱਲ ਨਹੀਂ, ਲੋਕ 5 ਸਾਲ ਆਏ ਰਹੇ ਨਕਾਰ ਦੇਣਗੇ, ਇਸ ਕਰਕੇ ਜਿਹੜੀ ਸ਼ਬਦਾਂ ਦੀ ਮਰਿਆਦਾ ਉਹ ਰੱਖਣੀ ਚਾਹੀਦੀ। ਅੱਛਾ ਇੱਥੇ ਇਹ ਜ਼ਰੂਰ ਦੱਸ ਦਿਓ, ਲੋਕ ਵੀ ਜਾਣਨਾ ਚਾਹੁੰਦੇ ਨੇ ਭੈਣ ਕੁਲਵਿੰਦਰ ਕੌਰ ਨੇ ਜਦੋਂ ਨੌਕਰੀ ਹਾਸਲ ਕੀਤੀ ਸੀਗੀ ਕਿਹੋ ਜਿਹੀਆਂ ਪਰੇਸ਼ਾਨੀਆਂ ਦੇ ਵਿੱਚੋਂ ਲੰਘ ਕੇ ਉਹ ਨੌਕਰੀ ਲੱਗੇ ਸੀਗੇ? ਨਹੀਂ ਪਰੇਸ਼ਾਨੀਆਂ ਤਾਂ ਆਉਂਦੀਆਂ ਹੀ ਆ, ਮਿਹਨਤ ਤਾਂ ਕਰਨੀ ਪੈਂਦੀ ਆ, ਕੋਈ ਇੱਦਾਂ ਦੀ ਗੱਲ ਨਹੀਂ, ਮਿਹਨਤ ਕੀਤੀ ਆ, ਜਿੱਥੋਂ ਅਸੀਂ ਉੱਠੇ ਆ ਨਾ ਆਹ ਤਾਂ ਹੁਣੇ ਆ, ਛੰਨਾ ਜੀ ਪੜ੍ਹੇ ਹਾਂ, ਛੰਨਾ ਜੀ ਰਹੇ ਹਾਂ, ਆਹ ਸਾਰਾ ਪਾਣੀ ਸੀ, ਪਾਣੀ ਤੁਰ ਕੇ ਜਾਂਦੇ ਰਹੇ ਹਾਂ, ਬਹੁਤ ਮਿਹਨਤ ਕੀਤੀ ਆ, ਬਹੁਤ ਜੱਦੋ ਜਹਿਦ ਕਰਕੇ ਜਿਹੜੀ ਆ ਉਹਨੇ ਨੌਕਰੀ ਹਾਸਲ ਕੀਤੀ ਆ, ਉਹ ਅਥਲੀਟ ਸੀਗੇ, ਉਹਨਾਂ ਦੀ ਗੇਮ ਸੀਗੀ, ਉਹਦੇ ਰਾਹੀਂ ਫਿਰ ਹੌਲੀ ਹੌਲੀ ਉਹ ਤਾਂ ਦੀ ਤਾਂ ਤੁਰੇਗਾ। ਅੱਛਾ ਉਹਨਾਂ ਲੋਕਾਂ ਬਾਰੇ ਕੀ ਸੋਚਦੇ ਹੋ? ਮੰਨ ਲਓ ਜਿਹੜੇ ਬਹੁਤੇ ਪੰਜਾਬੀ ਤੁਹਾਡੇ ਹੱਕ ਦੇ ਵਿੱਚ ਵੀ ਭੁਗਤਣਗੇ, ਜੇਕਰ ਤੁਹਾਡੇ ਨਾਲ ਕੋਈ ਵਧੀਕੀ ਹੋਏਗੀ ਤਾਂ ਬਹੁਤੇ ਪੰਜਾਬੀ ਤੁਹਾਡੀ ਸਪੋਰਟ ਦੇ ਵਿੱਚ ਵੀ ਖੜਨਗੇ, ਪਰ ਕਈ ਜਿਹੜੇ ਕਹਿੰਦੇ ਆਪਣੇ ਜੜਾਂ ਵੱਢਣ ਵਾਲੇ ਹੁੰਦੇ ਨੇ ਜਿਹੜੇ ਕਹਿਣਗੇ ਵੀ ਭਾਈ ਕੁਲਵਿੰਦਰ ਕੌਰ 'ਤੇ ਤਾਂ ਸਖਤ ਕਾਰਵਾਈ ਹੋਣੀ ਚਾਹੀਦੀ, ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਪੋਸਟਾਂ ਵੀ ਵਾਇਰਲ ਹੋਣਗੀਆਂ, ਉਹਨਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦਿਓਗੇ ਔਰ ਉਹਨਾਂ ਲੋਕਾਂ ਬਾਰੇ ਕੀ ਸੋਚਦੇ ਹੋ ਜੀ? ਦੇਖੋ ਇਹ ਸ਼ੁਰੂ ਤੋਂ ਤੁਰਿਆ ਆ, ਚੰਗੇ ਵੀ ਹੁੰਦੇ ਆ ਅਤੇ ਮਾੜੇ ਵੀ ਹੁੰਦੇ ਆ, ਜਿਹੜੇ ਹੱਕ 'ਚ ਖੜ੍ਹੇ ਉਹਨਾਂ ਦਾ ਵੀ ਧੰਨਵਾਦ ਆ, ਜਿਹੜੇ ਵਿਰੋਧ 'ਚ ਖੜ੍ਹੇ ਆ ਉਹਨਾਂ ਦਾ ਵੀ ਧੰਨਵਾਦ, ਉਹ ਆਪਣਾ ਘੋੜੇ ਭਜਾਈ ਜਾਣਗੇ, ਅਸੀਂ ਫਿਰ ਆਪਣੇ ਭਜਾਈ ਜਾਵਾਂਗੇ, ਜਾਂਚ ਸਹੀ ਹੋਣੀ ਚਾਹੀਦੀ ਆ, ਜਦੋਂ ਜਾਂਚ ਸਹੀ ਹੋ ਗਈ ਤਾਂ ਸਾਨੂੰ ਕਾਨੂੰਨ 'ਤੇ ਭਰੋਸਾ ਵਾ, ਐਡੀ ਕੋਈ ਗੱਲ ਨਹੀਂ। ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਰਿਵਾਰ ਦੇ ਨਾਲ ਵਧੀਕੀ ਹੁੰਦੀ ਹੈ ਜਾਂ ਭੈਣ ਕੁਲਵਿੰਦਰ ਕੌਰ ਦੇ ਨਾਲ ਕੋਈ ਗਲਤ ਹੁੰਦਾ ਹੈ ਜਾਂ ਆਪਾਂ ਕਾਰਵਾਈ ਦੀ ਮੰਗ ਨੂੰ ਲੈ ਕੇ ਜੇ ਕਾਰਵਾਈ ਉਹਨਾਂ 'ਤੇ ਗਲਤ ਹੁੰਦੀ ਹੈ ਜਾਂ ਉਹਨਾਂ ਨੂੰ ਲੈ ਕੇ ਕੋਈ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਸਲਾ ਕਿਸੇ ਹੋਰ ਪਾਸੇ ਵੱਲ ਨੂੰ ਮੋੜ ਲੈਂਦਾ ਹੈ ਤਾਂ ਤੁਹਾਡੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਕਿਹੋ ਜਿਹਾ ਰੱਖਿਆ ਜਾਏਗਾ? ਇਹ ਤਾਂ ਸਵੇਰੇ ਸਾਰੀ ਰਣਨੀਤੀ ਬਣੂਗੀ, ਆਗੂ ਆ ਰਹੇ ਆ, ਸਾਰਾ ਸਵੇਰ ਤਾਂ ਕਲੀਅਰ ਹੋ ਜਾਣਾ ਵਾ, ਮਿਲਾਂਗੇ ਜਾ ਕੇ ਅਤੇ ਉਦੋਂ ਬਾਅਦ ਹੀ ਅਗਲੀ ਜਿਹੜੀ ਰਣਨੀਤੀ ਆ
ਉਹ ਤੁਹਾਡੇ ਨਾਲ ਸਪਸ਼ਟ ਕਰਦਾ। ਅੱਜ ਦੇ ਵਿੱਚ ਜਿਹੜੇ ਪੰਜਾਬੀ ਦੇਖ ਰਹੇ ਨੇ ਇਸ ਘਟਨਾ ਤੋਂ ਬਾਅਦ, ਕਈ ਤਾਂ ਉਸਤਤ ਕਰ ਰਹੇ ਨੇ, ਕਈ ਨਿੰਦਿਆ ਕਰ ਰਹੇ ਨੇ, ਜਿਹੜੇ ਕੁੱਲ ਪੰਜਾਬੀ ਆਪਾਂ ਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ, ਆਪਣੇ ਤੌਰ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਔਰ ਕੀ ਕਹੋਗੇ ਜੀ ਇਸ ਲੋਕਵਾਸ ਟੀਵੀ ਦੇ ਮਾਧਿਅਮ ਰਾਹੀਂ? ਅਸੀਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਦੇਖੋ ਜਿਹੜੀ ਤੁਸੀਂ ਥੱਪੜ ਦੀ ਘੜੀ ਮੁੜੀ ਕਹਿ ਰਹੇ ਹੋ, ਥੱਪੜ ਮਾਰਿਆ, ਚਾਹੇ ਤਾਂ ਉਹਦੀ ਵੀਡੀਓ ਦਿਖਾਓ ਤੇ ਚਾਹੇ ਉਹਦੀ ਜਾਂਚ ਹੋਣੀ ਚਾਹੀਦੀ ਆ। ਇਹ ਨਹੀਂ ਵੀ ਹਵਾ 'ਚ ਤੀਰ ਨਾ ਚਲਾਓ, ਜੇ ਥੱਪੜ ਮਾਰਿਆ ਤਾਂ ਉਹ ਵੀਡੀਓ ਵਾਇਰਲ ਕਰ ਦਿਓ, ਅਤੇ ਜੇ ਨਹੀਂ ਤਲਖੀ ਹੋਈ ਆ, ਤੂੰ ਤੂੰ ਮੈਂ ਹੋਈ ਆ, ਤਾਂ ਫਿਰ ਗੱਲ ਭਾਈ ਜਿੱਥੇ ਹੈਗੀ ਉਹਨੂੰ ਉੱਥੇ ਰੱਖਣਾ ਚਾਹੀਦਾ ਵਾ। ਇਹ ਨਹੀਂ ਵੀ ਥੱਪੜ ਮਾਰਤਾ, ਜੇ ਥੱਪੜ ਮਾਰਤਾ ਉਹਦੀ ਵੀਡੀਓ ਅਜੇ ਤੱਕ ਨਹੀਂ ਆਈ। ਪੰਜਾਬ ਸਰਕਾਰ ਜਾਂ ਭਗਵੰਤ ਮਾਨ ਸਾਹਿਬ ਨੂੰ ਕੁਛ ਕਹਿਣਾ ਚਾਹੋਗੇ ਜੀ? ਨਹੀਂ, ਅਸੀਂ ਕੀ ਕਹਿਣਾ ਚਾਹੁੰਦੇ, ਅਸੀਂ ਤਾਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਜਾਂਚ ਸਹੀ ਹੋਣੀ ਚਾਹੀਦੀ। ਬਿਲਕੁਲ, ਧੰਨਵਾਦ ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਓਕੇ ਸੋ, ਬਿਲਕੁਲ ਦਰਸ਼ਕ ਹੋਏ ਸਨ ਸਾਡੇ ਨਾਲ ਸ਼ੇਰ ਸਿੰਘ ਮਹੀਵਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਇਹ ਜਿਹੜੇ ਮੈਂਬਰ ਨੇ, ਤਾਂ ਭੈਣ ਕੁਲਵਿੰਦਰ ਕੌਰ ਦੇ ਭਰਾ ਨੇ, ਜਿਹੜਾ ਚੰਡੀਗੜ੍ਹ ਏਅਰਪੋਰਟ 'ਤੇ ਘਟਨਾ ਘਟਦੀ ਹੈ, ਤਾਂ ਉਸ ਦੇ ਬਾਰੇ ਇਹਨਾਂ ਨੇ ਗੱਲਬਾਤ ਕੀਤੀ। ਤਾਂ ਤੁਸੀਂ ਕੀ ਸੋਚਦੇ ਹੋ, ਕੰਗਣਾ ਰਣੌਤ ਦੀ ਜਿਹੜੀ ਇਹ ਖਬਰ ਵਾਇਰਲ ਹੋ ਰਹੀ ਹੈ ਜਾਂ ਉਹ ਵੀਡੀਓ ਵਾਇਰਲ ਹੋ ਰਹੀ ਹੈ ਜਾਂ ਅਨੇਕਾਂ ਮੀਡੀਆ ਚੈਨਲਾਂ 'ਤੇ ਜਿਹੜੀ ਚਰਚਾ ਛਿੜੀ ਹੋਈ ਹੈ ਕਿ ਕੰਗਣਾ ਰਣੌਤ ਦੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ, ਤਾਂ ਇਸ ਪੂਰੀ ਗੱਲਬਾਤ ਦੇ ਬਾਬਤ ਤੁਸੀਂ ਕੀ ਸੋਚਦੇ ਹੋ, ਤੁਹਾਡੇ ਕੀ ਵਿਚਾਰ ਨੇ, ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਿਓ। ਬਣੇ ਰਹੋ ਲੋਕਵਾਸ ਟੀਵੀ ਦੇ ਨਾਲ, ਧੰਨਵਾਦ।